پہلے ایک جواب دیو کہ تو انتظار ہے بار بھی مولا
में इंतजार में तो इंतजार है तेरी, तो आप बताओ उसी के नाम ना कितने कितने आमना ये गल सेम च रखोगे तेरे माइंड में थे। इश्क का आईना तस्वीर सलफ है चेहरे हामिले रौन के अनवार नजफ है चेहरे अज कर इंतजार अपना कहा खत्म हुआ है सस्ता जो बंदा मैं जुती
मेरे तो ढेर मर गए। हुसैन बादशाह का मस्तक मेलो अगे नालों भी तेजी का रुकी है।
ہر آسمان تے جا کے پھر تو گل کی اس کے بم مسری ہے کو میرے جی جبریل نے ہلکی جی چھڑک دیتی اس کا کہ ایک منٹ دا ہویا ہے جی شفا ملی پھر وہ گل جبریل نے واسطے لے کے فطر فطر ساتھ ہے
ਕਿ ਸਿੱਜਦਾ ਹੋ ਕੋਈ ਉਹ ਵੀ ਪੜਨਾ ਸੁਭਾਨ ਅੱਲਾਹ ਉਹ ਮੇਰੇ ਤੋਂ ਪਹਿਲੇ ਜਿਹੜੇ ਤੋਂ ਪੜਦਾ ਸੀ ਉਹਨਾਂ ਕਿਹਾ ਪਾਣੀ ਜਾਣ ਦਾ ਹੋ ਕਬੂ ਤੇ ਜਿਵਲਾ ਮੋਢੇ ਨਾ ਕਿ ਪਾਣੀਆਂ ਫੀਸ ਦੇਣੀ ਹੁੰਦੀ ਹੈ ਕਰੇ ਲੱਗਦੀ ਹੈ ਤੇਰੀ ਬਾਣੀ ਆ ਨਹੀਂ ਕਰ ਸੁਭਾਨ ਅੱਲਾਹ ਨਾ ਰੋਈ ਰਹੀ ਮਾਮਾ ਦੀਆ
ਮੈਂ ਸਦਕੇ ਜਾ ਅਗਰ ਥੱਕਿਆ ਨਹੀਂ ਇੱਕ ਪੱਗ ਬੰਨ ਲਿਆ ਜੋ ਪੜ ਕੇ ਹੋਰ ਛੋੜ ਲੱਗਾ ਪੁੱਛੋ ਮੇਰੇ ਕੋਲ ਦੱਸਾਂ ਤੂੰ ਪੜਿਆ ਦੋਵੇਂ ਮਾਵਾਂ ਧੀਆਂ ਜ਼ਖਮੀ ਹੋ ਕੇ ਗਈਆਂ ਇਹ ਤਾਂ ਦੱਸ ਰਹੇ ਤੂੰ ਕਿਤੇ ਕਿਤੇ ਹੋ ਇਹੋ ਦੱਸ ਕੇ ਮੈਂ ਮੁੜ ਸੇ ਤੋਂ ਟਾਈਮ ਨਹੀਂ ਮਿਲਦਾ ਮੇਰੀ ਛੋਟੀ ਸੈਣ ਅਲੀ ਦੀ ਧੀ ਸ਼ਾਮ ਦੇ ਗਰੀਬਾਂ ਤੋਂ ਜ਼ਖਮੀ ਹੋਣਾ ਸ਼ੁਰੂ ਹੋਏ ਸ਼ਾਮ ਦੇ ਬਾਜ਼ਾਰਾਂ ਤੱਕ ਜ਼ਖਮੀ ਹੁੰਦੇ ਕਦੀ ਪੱਥਰਾਂ ਨਾਲ ਕਦੀ ਮੇਜ਼ਿਆਂ ਨਾਲ ਕਦੀ ਉੱਠਾਂ ਨਾਲ ਇੱਕ ਬੰਦੇ ਅਗਰ ਆਪਾਂ ਦੇ ਪੜਾ ਤਾ ਇਸ ਉਮਰ ਸਾਹ ਕਦੀ ਨੇ ਦਿਲ ਲਾ ਲਾ ਨਾ ਕਰੇ ਇਹ ਚੰਦ ਸਿਪਾਹੀਆਂ ਦੀ ਡਿਊਟੀ ਲਾਈ ਸਾਰਾ ਪੂਰ ਸਮਝੇ ਅਲੀ ਦੀ ਦੀ ਨੂੰ ਸਮਝ ਨਾ ਇੱਕ ਜਗ੍ਹਾ ਤੇ ਪੜਾ ਹੋਇਆ ਭਰਾਵਾਂ ਦੀ ਮੌਤ ਦੀ ਮੁੱਕੀ ਹੋਈ ਪੁੱਤਰਾਂ ਦੀ ਮੌਤ ਦੀ ਥੱਕੀ ਹੋਈ ਮੇਰੀ ਸਹਿਨ ਨੇ ਖੁਸ਼ ਕੁਦਰਤ ਦਾ ਟੇਕ ਲਾਈ ਮੇਰੀ ਸਹਿਨ ਦੀ ਅੱਖ ਲੰਘ ਗਈ ਇਸ ਕੁੱਤੇ ਇਸ਼ਾਰਾ ਕੀਤਾ ਇੱਕ ਬੰਦੇ ਘੋੜੇ ਦੀ ਗਰਦਨ ਨਾਲ ਕੋਈ ਸ਼ਾਇਦ ਖੋਲ ਮੈਂ ਮਾਫੀ ਮੰਗ ਕੇ ਪੜਦਾ ਤੇ ਇਹ ਬਹੁ ਦੁਖੀਆ
جناب سید عمار حسین شاہ صاحب بجاڑ وہ شبیر جو جناب رحمت کریں گے ان کے بعد جناب سید اقبال حسین شاہ صاحب